ਚਾਹ ਪੀਓ ਜੀ ਚਾਹ ਪਾਲੀਨਾ ਸ਼ਹਿਰ ਚ ਬਹਿ ਕੇ ਕਾਫੀ ਮਾਰਨਿੰਗ ਤੇ ਬ੍ਰੇਕਫਾਸਟ ਹੈ ਮੇਰੇ ਸਾਹਿਬ ਦੀ ਇੱਧਰ ਹੈ ਪਰਸਤੀ ਇੱਕ ਹੋਣੀ ਹੈ 2 ਯੂਰੋ ਦੀ ਸਿਟੀ ਕੁਲਦੀਪ ਨੂੰ ਬੜਾ ਸ਼ੌਂਕ ਸੀ ਵੀ ਮੈਂ ਇਸ ਸ਼ਹਿਰ ਜ਼ਰੂਰ ਜਾਣਾ ਹੈ ਅਤੇ ਕਹਿ ਵੀ ਪੁਰਾਣਾ ਸ਼ਹਿਰ ਆ ਬਹੁਤ ਰਸ਼ੀਆ ਦਾ ਰਸ਼ੀਆ ਦੇ ਜ਼ਮਾਨੇ ਦਾ ਅਤੇ ਹੁਣ ਇਹ ਅੱਡ ਹੋਇਆ ਰਸ਼ੀਆ ਨਾਲੋਂ ਕਈ ਸਾਲ ਹੋ ਗਏ ਇਹਨਾਂ ਨੂੰ ਹੈਂ ਆਹ ਭਾਰਾ ਹੈ ਵਾਕਈ ਕੁਲਦੀਪ ਨੇ ਟਾਲੀ ਨਾ ਦੇਖਣਾ ਸੀ ਦੇਖ ਰਹੇ ਹੁਣ ਅਸੀਂ ਮਾੜੀ ਗੱਲ ਹੈ ਹਾਂ ਘਰ ਚੋਂ ਬਾਹਰ ਵੀ ਨਿਕਲਣਾ ਚਾਹੀਦਾ ਆ ਵੀ ਦੇਖੋ ਕਿ ਪਤਾ ਨਹੀਂ ਕੀ ਚੀਜ਼ ਹੈ ਉਹ ਉਦਾਂ ਹੀ ਬਣਾਏ ਨੇ ਬਸ ਇਹ ਜਿਵੇਂ ਅਰੇ 1 ਰੁਪਿਆ 50 ਪੈਸੇ ਦਾ ਇੱਕ ਫੁੱਲ ਹੈ ਉਹਦੇ ਚਿੱਟਾ ਗੁਲਾਬੀ ਲਓ ਭਾਵੇਂ ਉਹ ਪਿੰਕ ਲਓ 1.80 ਦਾ ਬਣ ਰਹੀ ਹੈ ਉਹ 1.30 ਦੇ ਕਿੱਡੇ ਪਿਆਰੇ ਫੁੱਲ ਨੇ ਇਹ ਫਿਰ ਪਾਉਣਾ ਪੈਂਦਾ ਯਾਰ ਹੱਥ ਜੀ ਫੜੀ ਰੱਖ ਤੂੰ ਕਿਤੇ ਨਹੀਂ ਕੁਛ ਹੁੰਦਾ ਇਹ ਫਿਰ ਬਣਦੀ ਜਦੋਂ ਤੇ ਨਾਲ ਆ ਜਾਂਦਾ ਪਾਣਾ ਪੈਂਦਾ ਵਿੱਚ ਫਿਰ ਇਹ ਇੱਥੇ ਵੀ ਕਾਫੀ ਮਹਿੰਗੇ ਨੇ ਆ ਦੇਖੋ 15 ਯੂਰੋ ਦਾ ਫੁੱਲ 20 ਯੂਰੋ ਦਾ 23 ਯੂਰੋ ਦਾ ਗੁਲਦਸਤਾ ਇੱਕ 1 ਯੂਰੋ ਦੇ ਫੁੱਲ ਵੀ ਨੇ 30 ਦੇ ਨਹੀਂ ਉਹ ਖੁੱਲ੍ਹਾ ਸੀ ਵੇਸਾ ਹਾਂ ਫੁੱਲ ਬੜੇ ਪਿਆਰੇ ਨੇ ਇੱਥੇ ਹੈਲੋ ਫੁੱਲ ਬੜੇ ਪਿਆਰੇ ਨੇ ਮੈਂ ਹੋਰ ਕੀ ਹਾਂ ਬਾਣੀ ਰਹੀ ਹੈ ਕੋਕੋਆ ਤਦੀ ਤਾਂ ਆਉਂਦੇ ਨੇ ਸੌਂ ਮਾਲਾ ਲੈਣ ਇੱਥੇ ਹਾਂ ਇਹ ਵੀ ਕੋਈ ਜਾਦੂ ਆ ਕੀ ਨਿਕਲਦਾ ਇਹਦੇ ਤੋਂ ਆ ਪਾਰਕ ਇੱਧਰ ਆਹ ਪਿੱਛੇ
ਇਹੀ ਹੈ ਇਹੀ ਹੈ ਬਹੁਤ ਜ਼ਿਆਦਾ ਫਲਾਵਰ ਲਾਏ ਪੁੱਛੀਏ ਇੱਥੇ ਬੁੱਢੀਆਂ ਨੂੰ ਕਿੱਥੇ ਆ ਪ੍ਰਿਸਮਾ ਪ੍ਰਿਸਮਾ ਲੈਣ ਨਹੀਂ ਲੱਗਦੀਆਂ ਐਕਸਕਿਊਜ਼ ਮੀ ਪ੍ਰਿਸਮਾ ਪ੍ਰਿਸਮਾ ਸਟੋਰ ਨਹੀਂ ਮੈਂ ਕੀ ਹੋਲਾਂ ਸਵਾਮੀ ਘਰ ਆ ਜਾਓ ਤਾਈ ਪਾਣੀ ਭਾਈ ਸਾਹਿਬ ਤੁਸੀਂ ਪੈਸੇ ਲਾ ਕੇ ਲੈ ਸਕਦੇ ਹੋ ਪਾਣੀ ਇੱਥੋਂ ਇਹਦਾ ਕੋਈ ਟਾਈਮ ਹੋਣਾ ਆਹ ਡਰਾਮਾ ਨੇ ਜੀ ਇੱਥੋਂ ਦੀਆਂ ਪੇਂਡੂ ਨੀ ਓਲਡ ਏਰੀਆ ਇਹ ਥੋੜਾ ਜਿਹਾ ਸਾਹਮਣੇ ਵੀ ਡਾਂਸ ਚੱਲ ਰਿਹਾ ਆ ਹੀ ਦੱਸਿਆ ਸੀ ਮਾਈ ਨੇ ਆਹ ਦੋ ਕਿਰਕੋ ਜੀਆਂ ਜਿਹੜੀਆਂ ਉੱਥੇ ਜੀ ਮੈਂ ਕਿਹਾ ਪਤਾ ਨਹੀਂ ਕਿੱਡਾ ਕੁ ਪਰਿਸਮਾ ਹੋਣਾ